ਸਿੱਖ ਨਿਊਜ਼ ਐਕਸਪ੍ਰੈਸ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤਾਂ ਮੈਂ ਹਾਂ ਤੁਹਾਡਾ ਨਾਲ ਦਿੱਤੇ ਲੁਥਰਾ ਅੱਜ ਆਪਣੇ ਦਰਸ਼ਕਾਂ ਨੂੰ ਉਸ ਇਨਸਾਨ ਨਾਲ ਮਿਲਣ ਜਾ ਰਹੇ ਹਾਂ ਜਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਸਿਆਸੀ ਗੱਲ ਕੀਤੀ ਜਾਵੇ ਤਾਂ ਉਹ ਸਰਪੰਚ ਜਿਹੜਾ ਕਿ ਸਭ ਤੋਂ ਵੱਧ ਪੜਿਆ ਲਿਖਿਆ ਹੈ ਨੌਜਵਾਨ ਹੈ ਨੈਸ਼ਨਲ ਅਵਾਰਡੀ ਹੈ ਕਈ ਸਟੇਟ ਦੇ ਅਵਾਰਡ ਔਰ ਕਈ ਰਾਜੇ ਦੇ ਅਵਾਰਡਾਂ ਤੋਂ ਇਲਾਵਾ ਕਈ ਨੈਸ਼ਨਲ ਅਵਾਰਡ ਵੀ ਆਪਣੀ ਪੰਚਾਇਤ ਲਈ ਜਿੱਤ ਚੁੱਕਿਆ ਹੈ ਗੁਰਦਾਸਪੁਰ ਦੇ ਪਿੰਡ ਚੀਨਾ ਦਾ ਸਰਪੰਚ ਪੰਥਦੀਪ ਸਿੰਘ ਹੋਰਾਂ ਲਈ ਮਿਸਾਲ ਹੈ ਪੜਿਆ ਲਿਖਿਆ ਨੌਜਵਾਨ ਸਰਪੰਚ ਪਿੰਡ ਦਾ ਤਾਂ ਕਾਇਆਕਲਪਕਾਰ ਹੀ ਰਿਹਾ ਉਹ ਆਪਣੇ ਕੰਮਾਂ ذریعے ਪਿੰਡ ਦੀ ਪੰਚਾਇਤ ਨੂੰ ਹੁਣ ਤੱਕ ਨੈਸ਼ਨਲ ਅਵਾਰਡ ਸਮੇਤ ਕਈ ਅਵਾਰਡ ਦਿਵਾ ਚੁੱਕਾ ਹੈ ਉਸ ਦੀ ਸੂਝ ਸਿਆਣਪ ਦੇ ਹਰ ਪਾਸੇ ਚਰਚੇ ਹਨ ਪ੍ਰਣਾੜ ਹੀ ਕਰੋਨਾ ਵਾਇਰਸ ਮਹਾਮਾਰੀ ਦਰਮਿਆਨ ਉਸ ਨੇ ਆਪਣੀ ਸਮਝਦਾਰੀ ਨਾਲ ਪੂਰੇ ਪਿੰਡ ਨੂੰ ਜਿਸ ਸ਼ਿੱਦਤ ਨਾਲ ਬਚਾਇਆ ਹੈ ਉਸ ਦੇ ਦੂਰ ਦੂਰ ਤੱਕ ਚਰਚੇ ਹਨ ਸਰਕਾਰ ਤੋਂ ਹੀ ਪਹਿਲਾਂ ਉਸ ਨੇ 20 ਮਾਰਚ ਨੂੰ ਆਪਣਾ ਪਿੰਡ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਸੀ ਉਸ ਦਿਨ ਤੋਂ ਹੀ ਪਿੰਡ ਸੀਨਾ ਲਾਗੇ ਪਿੰਡ ਤੋਂ ਦੂਰ ਕੋਈ ਵੀ ਆਉਣ ਜਾਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਕੰਧਾਂ ਉੱਤੇ ਪੋਸਟਰ ਲਗਾ ਦਿੱਤੇ ਗਏ ਸਨ ਕੋਈ ਬਾਹਰੀ ਬੰਦਾ ਪਿੰਡ ਵਿੱਚ ਨਾ ਆਵੇ ਇਸ ਲਈ ਬਕਾਇਦਾ ਪਹਿਰੇ ਦਾ ਪ੍ਰਬੰਧ ਕੀਤਾ ਗਿਆ ਪਿੰਡ ਦੇ ਸਾਰੇ ਰਾਹ ਤੇ ਮੁਕੰਮਲ ਪੈਰਾ ਲੱਗਦਾ ਸੀ ਨਤੀਜਾ ਇਹ ਹੈ ਕਿ ਪਿੰਡ ਵਾਸੀ ਇਸ ਮਹਾਮਾਰੀ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰਹੇ ਜਦੋਂ ਕਰੋਨਾ ਨਾਲ ਰਿਲੇਟਡ ਸਾਨੂੰ ਪਤਾ ਲੱਗਾ ਕਿ ਕਿਵੇਂ ਦੀ ਮਹਾਮਾਰੀ ਜੜੀ ਆ ਉਹ ਸਾਡੇ ਪੂਰੇ ਵਿਸ਼ਵ ਦੇ ਵਿੱਚ ਫੈਲ ਰਹੀ ਆ ਤਾਂ ਸਭ ਤੋਂ ਪਹਿਲਾਂ ਤਾਂ ਮੈਂ WHO ਦੀਆਂ ਗਾਈਡਲਾਈਨਸ ਪੜੀਆਂ ਕਿ ਅਸੀਂ ਇਹਦੇ ਤੋਂ ਕਿਵੇਂ ਨਜਾਤ ਪਾ ਸਕਦੇ ਹਾਂ ਜਾਂ ਕਿਹੜੇ ਅਜਿਹੇ ਐਂਟੀਬਾਇਓਟਿਕਸ ਆ ਕਿਹੜੀਆਂ ਅਜਿਹੀਆਂ ਦਵਾਈਆਂ ਨੇ ਜਿਨ੍ਹਾਂ ਦੇ ਛੜਕਾ ਦੇ ਨਾਲ ਇਹਦਾ ਪ੍ਰਭਾਵ ਘਟ ਕੀਤਾ ਜਾ ਸਕਦਾ। ਸੋ ਇਲਾਜ ਤਾਂ ਇਹਦਾ ਨਹੀਂ ਸੀ ਹੈਗਾ ਤਾਂ ਅਸੀਂ ਸਭ ਤੋਂ ਪਹਿਲਾਂ 20 ਤਰੀਕ ਨੂੰ ਆਪਣੀ ಗ್ರಾಮ ਪੰਚਾਇਤ ਦੀ ਇੱਕ ਮੀਟਿੰਗ ਕੀਤੀ ਹੈ। ਉਸ ਮੀਟਿੰਗ ਦੇ ਵਿੱਚ ਅਸੀਂ ਕੁਝ ਅਹਿਮ ਫੈਸਲੇ ਲਏ ਜਿਨ੍ਹਾਂ ਨੂੰ ਤੁਰੰਤ ਹੀ ਲਾਗੂ ਕਰ ਦਿੱਤਾ ਗਿਆ। ਜਿਵੇਂ ਅਸੀਂ ਆਪਣੇ ಗ್ರಾಮ ਪੰਚਾਇਤ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਮੇਨ ਗਲੀਆਂ ਨੇ ਜਿੱਥੋਂ ਦੇ ਲੋਕਾਂ ਦਾ ਆਉਣਾ ਜਾਣਾ ਹੁੰਦਾ ਆ ਉਹਨਾਂ ਦੇ ਵਿੱਚ ਅਸੀਂ ਲੋਹੇ ਦੀ ਬੈਰੀਕੇਡਿੰਗ ਕਰਕੇ ਆਉਣ ਜਾਣ ਦਾ ਰਸਤਾ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਜਿਹੜੀਆਂ ਮੇਨ ਸਾਡੀਆਂ ਦੋ ਗਲੀਆਂ ਨੇ ਜਿਹੜੇ ਸਾਰੇ ਪਿੰਡ ਨੂੰ ਲਿੰਕ ਕਰਦੀਆਂ ਨੇ ਉੱਥੇ ਅਸੀਂ ਸਿਕਿਉਰਿਟੀ ਗਾਰਡ ਬਿਠਾ ਕੇ ਉਹਨਾਂ ਨੂੰ ਰਜਿਸਟਰ ਦੇ ਦਿੱਤੇ ਗਏ ਕਿ ਜਿੰਨੇ ਵੀ ਲੋਕ ਬਾਹਰੋਂ ਆਉਣ ਉੱਥੇ ਉਹਨਾਂ ਦਾ ਨਾਮ ਜਿਹੜਾ ਉਹ ਦਰਜ ਕਰ ਲਿਆ ਜਾਏ ਤਾਂ ਫਿਰ ਉਹਨਾਂ ਨੂੰ ਪਿੰਡ ਦੇ ਵਿੱਚ ਭੇਜਿਆ ਜਾਏ ਬਾਹਰੋਂ ਆਉਣ ਵਾਲੇ ਸਿਰਫ ਜਿਹੜੇ ਬੇਸਿਕ ਅਸੈਂਸ਼ੀਅਲ ਆਈਟਮਸ ਆ ਲਾਈਕ ਜਿਵੇਂ ਕੋਈ ਸਬਜੀ ਵਾਲਾ ਅਸੀਂ ਇੱਕ ਜਣਾ ਅਲਾਉਟ ਕੀਤਾ ਹੈ ਕਰਿਆਨੇ ਵਾਲਾ ਅਸੀਂ ਇੱਕ ਜਣਾ ਅਲਾਉਟ ਕੀਤਾ ਬਾਕੀ ਕਿਸੇ ਵੀ ਬਾਹਰ ਦੀ ਜਿਹੜੀ ਐਂਟਰੀ ਆ ਉਸੇ ਬੰਦ ਕਰ ਦਿੱਤੀ ਸੀ ਸਰਪੰਚ ਵੱਲੋਂ ਨਿੱਜੀ ਕਾਲਜ ਵਿੱਚ ਬਣੇ ਆਈਸੋਲੇਸ਼ਨ ਵਾਰਡ ਚ ਰੱਖੇ ਬਾਹਰੀ ਰਾਜਾਂ ਤੋਂ ਆਏ ਲੋਕਾਂ ਦੀ ਵੀ ਪੂਰੀ ਮਦਦ ਕੀਤੀ 15 ਦਿਨ ਤੱਕ ਉਹਨਾਂ ਦੀ ਕੀਤੀ ਸੇਵਾ ਦਾ ਹੀ ਨਤੀਜਾ ਹੈ ਕਿ ਸਾਰੇ ਆਪੋ ਆਪਣੇ ਘਰ ਨੂੰ ਠੀਕ ਹੋ ਕੇ ਜਾ ਚੁੱਕੇ ਹਨ ਅ ਦੇਖੋ ਜੀ ਜੋ ਅਜੇ ਤੱਕ ਉਹਦੀ ਕੋਈ ਦਵਾਈ ਤਾਂ ਸੰਭਵ ਹੋ ਨਹੀਂ ਸਕੀ ਕਰੋਨਾ ਦੀ ਪਰ ਸਾਡੇ ਵੱਲੋਂ ਇਹ ਇੱਕ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਵੀ ਬਾਹਰਲੇ ਰਾਜਾਂ ਦੇ ਵਿੱਚੋਂ ਸਾਡੇ ਪਿੰਡ ਦੇ ਵਿੱਚ ਆ ਰਹੇ ਆ ਚਾਹੇ ਉਹ ਸਾਡੇ ਪਿੰਡ ਦੇ ਵਸਨੀਕ ਆ ਜੋ ਬਾਹਰ ਕੰਮਾਂ ਦੇ ਵਿੱਚ ਗਏ ਆ ਸੋ ਉਹਨਾਂ ਨੂੰ ਅਸੀਂ 14 ਦਿਨ ਦੇ ਲਈ ਕੁਆਰੰਟਾਈਨ ਜਿਹੜਾ ਉਹ ਅਸੀਂ ಗ್ರಾಮ ਪੰਚਾਇਤ ਸ਼ੀਨਾ ਵੱਲੋਂ ਸੰਤ ਬਾਬਾ ਹਜਾਰਾ ਸਿੰਘ ਕਾਲਜ ਆਫ ਐਜੂਕੇਸ਼ਨ ਦੀ ਮਦਦ ਦੇ ਨਾਲ ਇੱਥੇ ਅਸੀਂ 10 ਬਿਸਤਰਿਆਂ ਦਾ ਇੱਕ ਕੁਆਰੰਟਾਈਨ ਸੈਂਟਰ ਬਣਾਇਆ ਸੀ ਆਈਸੋਲੇਸ਼ਨ ਸੈਂਟਰ ਜਿਹਦੇ ਵਿੱਚ ਹੁਣ ਤੱਕ 5 ਦੇ ਕਰੀਬ ਲੋਕ ਜਿਹੜੇ ਆ ਸਾਡੇ ਪਿੰਡ ਦੇ ਉਹ ਰਹਿ ਚੁੱਕੇ ਨੇ ਦੋ ਸਾਡੇ ਪਿੰਡ ਤੋਂ ਬਾਹਰ ਦੇ ਲੋਕ ਆ ਜਿਹੜੇ ਇੱਥੇ ਰਹਿ ਕੇ ਜਾ ਚੁੱਕੇ ਨੇ ਉਹਨਾਂ ਦਾ ਜਿੰਨਾ ਵੀ ਖਾਣ ਪੀਣ ਦਾ ਉਹਨਾਂ ਨੂੰ ਜਿੰਨੀਆਂ ਵੀ ਬੇਸਿਕ ਨੀਡਸ ਆ ਜੜੀਆਂ ਉਹ ਸਾਰੀਆਂ ਹੀ ਕਾਲਜ ਦੇ ਸਟਾਫ ਤੇ ಗ್ರಾಮ ਪੰਚਾਇਤ ਸ਼ੀਨਾ ਵੱਲੋਂ ਰਲ ਮਿਲ ਕੇ ਪੂਰੀਆਂ ਕੀਤੀਆਂ ਗਈਆਂ ਨੇ ਤਿੰਨੋਂ ਟਾਈਮ ਉਹਨਾਂ ਨੂੰ ਪੋਸ਼ਟਿਕ ਜਿਹੜਾ ਖਾਣਾ ਉਹ ਦਿੱਤਾ ਗਿਆ ਫਲ ਫਰੂਟ ਦਿੱਤੇ ਗਏ ਆ ਪੂਰੇ احتیاط ਵਰਤਦੇ ਹੋਏ ਟਾਈਮ ਟੂ ਟਾਈਮ ਅਸੀਂ ਸੋਡੀਅਮ ਹਾਈਪੋਕਲੋਰਾਈਟ ਦੀ ਸਪਰੇ ਕਰਦੇ ਰਹੇ ਆ ਮਾਸਕ ਸੈਨੀਟਾਈਜ਼ਰ ਐਂਡ ਸੋਸ਼ਲ ਡਿਸਟੈਂਸ ਜਿਹੜਾ ਉਹ ਨੂੰ ਨੂੰ ਪੂਰਾ ਜਾਣਕਾਰੀ ਜਿਹੜੀ ਉਹ ਦਿੱਤੀ ਗਈ ਹੈ احتیاط برتਦੇ ਆ ਉਹ ਬਿਲਕੁਲ ਨਵੰਬਰ 9 ਹੋ ਕੇ ਆਪਣੇ ਘਰਾਂ ਦੇ ਵਿੱਚ ਗਏ ਆ ਇਹ ਨੌਜਵਾਨ ਸਰਪੰਚ ਹੋਰ ਪੰਚਾਇਤਾਂ ਦੇ ਸਾਹਮਣੇ ਇੱਕ ਮਿਸਾਲ ਪੇਸ਼ ਕਰ ਰਿਹਾ ਹੈ ਕਿ ਸਰਪੰਚ ਇਮਾਨਦਾਰੀ ਤੇ ਨੇਕ ਨੀਤੀ ਨਾਲ ਕੰਮ ਕਰਨ ਤਾਂ ਪਿੰਡ ਲਈ ਕਿੰ ਕਿਸ ਹੱਦ ਤੱਕ ਫਾਇਦੇਮੰਦ ਹੋ ਸਕਦਾ ਹੈ ਇਹਨਾਂ ਵੱਲੋਂ 20 ਮਾਰਚ ਨੂੰ ਹੀ ਆਪਣੇ ਪਿੰਡ ਦੀ ਬੈਰੀਕੇਡਿੰਗ ਕਰ ਦਿੱਤੀ ਗਈ ਸੀ ਹਰ 48 ਘੰਟੇ ਬਾਅਦ ਸੈਨੀਟਾਈਜ਼ ਕੀਤਾ ਜਾਂਦਾ ਸੀ ਪਿੰਡ ਨੂੰ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਇਸ ਤੋਂ ਇਲਾਵਾ ਠਿਕਰੀ ਪਾਰੇ ਵੀ ਲਾਏਗੇ ਤਾਂ ਕਿ ਕੋਈ ਵੀ ਬਾਹਰਲਾ ਵਿਅਕਤੀ ਪਿੰਡ ਵਿੱਚ ਨਾ ਸਕੇ ਕੈਮਰਾਮੈਨ प्रदीप ਸ਼ਰਮਾ ਦੇ ਨਾਲ ਸਿੱਖ న్యూਸ ਐਕਸਪ੍ਰੈਸ ਲਈ ਨਿਤਿੰਤ ਲੁਥਰਾ ਗੁਰਦਾਸਪੁਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ